ਨਾਲਾ ਦੇ ਚੋਗਾਵਾਂ ਰੋਡ ਤੇ ਸਥਿਤ ਬੈਂਕ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਨਾਲ ਬੈਂਕ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਛੁੱਟੀ ਹੋਣ ਦੇ ਚਲਦਿਆਂ ਬੈਂਕ ਬੰਦ ਸੀ। ਉਧਰ ਸਥਾਨਕ ਲੋਕ ਸ਼ੀਸ਼ੇ ਤੋੜ ਕੇ ਬੈਂਕ ਦੇ ਅੰਦਰ ਗਏ ਅਤੇ ਅੱਗ ਤੇ ਕਾਬੂ ਪਾਇਆ, ਜਦੋਂ ਕਿ ਫਾਇਰ ਬ੍ਰਿਗੇਡ ਡੇਢ ਘੰਟੇ ਬਾਅਦ ਮੌਕੇ ਤੇ ਪਹੁੰਚੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੈਂਕ ਅਜਨਾਲੇ ਵਿੱਚ ਅੱਜ ਸ਼ਾਰਟ ਸਰਕਿਟ ਜੋ ਰੀਜ਼ਨ ਪ੍ਰਾਈਮਰਲੀ ਸਮਝ ਨੂੰ ਆਉਂਦਾ ਹੈ ਕਿ ਸ਼ਾਇਦ ਸ਼ਾਰਟ ਸਰਕਿਟ ਥਰੂ ਅੱਗ ਲੱਗੀ ਹੈ ਜੀ। ਸੋ ਅਸੀਂ ਆਏ ਹਾਂ ਜੀ, ਸੋ ਕੁਝ ਫਾਈਨੈਂਸ਼ੀਅਲ ਡੈਮੇਜ ਹਾਲੇ ਤੱਕ ਸਾਨੂੰ ਕੋਈ ਨਹੀਂ ਫੀਲ ਹੋ ਰਿਹਾ ਕੀ ਹੋਇਆ। ਤਾਂ ਪਬਲਿਕ ਪ੍ਰੋਪਰਟੀ ਸਭ ਸੇਫ ਹੈ ਜੀ, ਸੋ ਅਸੀਂ ਫਰਦਰ ਜੋ ਵੀ ਹੋਏਗਾ ਤੁਹਾਨੂੰ ਅਪਡੇਟ ਕਰ ਦਾਂਗੇ। ਲੇਟਾ ਸਰ ਫਰਨੀਚਰ ਲੋਸ ਹੀ ਹੋਇਆ ਜੀ, ਫਰਨੀਚਰ ਨੂੰ ਅੱਗ ਲੱਗੀ ਹੈ। ਬਾਕੀ ਬੈਂਕ ਦੇ ਸਰਵਰ ਰੂਮ ਜੋ ਨੇ ਉਹ ਸੇਫ ਨੇ, ਜੋ ਵਾਲਟ ਹੈ ਉਹ ਸੇਫ ਹੈ। ਹੁਣੇ ਅਸੀਂ ਲੋਕ ਓਪਨ ਕਰਾਂਗੇ ਅਤੇ ਚੈੱਕ ਕਰਕੇ ਤੁਹਾਨੂੰ। ਕੰਪਿਊਟਰ ਵਗੈਰਾ ਕੋਈ? ਕੰਪਿਊਟਰ ਸਰ ਹਾਲੇ ਠੀਕ ਨੇ, ਲਾਈਟ ਪਿੱਛੋਂ ਦੀ ਕੱਟ ਆਫ ਕਰਾਈ ਹੋਈ ਹੈ ਸਰ, ਜਿਵੇਂ ਲਾਈਟ ਆਏਗੀ ਤੁਹਾਨੂੰ ਹੁਣੇ ਦੱਸ ਦਿੰਦਾ। ਇਸ ਮੌਕੇ ਹਰ ਵਾਰ ਦੀ ਤਰ੍ਹਾਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚਣ ਕਰਕੇ ਲੋਕਾਂ ਵਿੱਚ ਰੋਸ ਸੀ। ਮੇਰੇ ਨਾਲ ਦੁਕਾਨ ਆ ਜੀ, ਜਿਹੜਾ ਵੇਖਿਆ ਅੰਦਰ ਅੱਗ ਮੱਚ ਰਹੀ ਸੀ, ਅੱਗ ਮੱਚ ਰਹੀ ਸੀ, ਜਾ ਕੇ ਪ੍ਰਸ਼ਾਸਨ ਨੇ ਸੂਚਿਤ ਕੀਤਾ। ਪ੍ਰਸ਼ਾਸਨ ਆਇਆ, ਉਹਨਾਂ ਜਾ ਕੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਆ। ਮੈਨੇਜਰ ਸਾਹਿਬ ਨਾਲ ਗੱਲ ਕੀਤੀ ਆ ਵੀ ਅੰਦਰ ਬਹੁਤ ਭਾਂਬੜ ਮੱਚ ਰਿਹਾ ਸੀ, ਬਹੁਤ ਹੁੰਮਸ ਮੱਚਿਆ ਵੀ ਅੰਦਰ ਕੋਈ ਨਹੀਂ ਵੜ ਰਿਹਾ। ਮੁੜ ਕੇ ਨਾ ਜਾ ਕੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ, ਉਹਦੇ ਵੀ ਬਾਹਰਲੇ ਸ਼ੀਸ਼ੇ ਤੋੜ ਦਿਉ। ਸ਼ੀਸ਼ੇ ਤੋੜੇ ਆ, ਉੱਧਰੋਂ ਧੂੰਆਂ ਬਾਹਰ ਆਇਆ, ਫਿਰ ਅੰਦਰ ਜੋ ਵੀ ਅੰਦਰ ਜਾ ਕੇ ਪੁਲਿਸ ਨੇ ਵੇਖਿਆ ਤਾਂ ਅੰਦਰ ਫਿਰ ਵੀ ਅੰਦਰ ਅੱਗ ਮੱਚ ਰਹੀ ਸੀ। ਬਾਅਦ ਵਿੱਚ ਇੱਕ ਟਰੈਕਟਰ ਸੱਦਿਆ ਆ ਪ੍ਰਾਈਵੇਟ, ਜਿਹੜਾ ਕਿ ਸਪਰੇ ਕਰਦਾ ਸਪਰੇ ਪੰਪ, ਉਹਦੇ ਨਾਲ ਹੁਣ ਥੋੜ੍ਹੀ ਬਹੁਤੀ ਕਾਰਵਾਈ ਕੀਤੀ ਆ। ਕੋਈ ਫਾਇਰ ਬ੍ਰਿਗੇਡ ਨਹੀਂ ਅਜੇ ਤੱਕ ਪਹੁੰਚਿਆ, ਇੱਕ ਘੰਟਾ ਹੋ ਗਿਆ ਅੱਗ ਲੱਗੀ ਨੂੰ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੈਂਕ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਅਤੇ ਅਜਨਾਲਾ ਰੋਡ 'ਤੇ IDB ਬੈਂਕ ਪੈਂਦਾ, ਜਿੱਥੇ ਅੱਗ ਲੱਗੀ, ਅਤੇ ਉਸ ਵੇਲੇ ਮੌਕਿਆਂ 'ਤੇ ਆ ਗਏ ਜੀ ਇੱਥੇ। ਅਤੇ ਅੱਗ 'ਤੇ ਜਿਹੜਾ ਵਾ ਕਾਫੀ ਲੱਗੀ ਸੀ, ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ਜਿਹੜਾ ਜਿੱਥੇ ਕਾਬੂ ਪਾਇਆ ਗਿਆ ਜੀ, ਅਤੇ ਕਾਫੀ ਨੁਕਸਾਨ ਹੋਇਆ ਜੀ। ਉਹ ਬਾਕੀ ਬੈਂਕ ਵਾਲੇ ਦੱਸਣਗੇ ਕਿੰਨਾ ਕੁ ਨੁਕਸਾਨ ਹੋਇਆ। ਹਰ ਵਾਰ ਕਿਉਂ ਹੁੰਦਾ ਕਿ ਅੱਗ ਵਾਲੀ ਥਾਂ 'ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਲੋਕਾਂ ਨੂੰ ਜਿਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।